ਤੁਸੀਂ ਮਾਚਿਸ ਦੇ ਡੱਬੇ ਦੀ ਵਰਤੋਂ ਨਾਲ ਰੇਲ ਗੱਡੀ ਬਣਾ ਸਕਦੇ ਹੋ। ਇੱਕ ਸੂਈ ਲਵੋ ਅਤੇ ਉਸ ਵਿੱਚ 1.5 ਮੀਟਰ ਲੰਬਾ ਧਾਗਾ ਡਾਇਗਨਲੀ ਪਾ ਦਿਓ। ਹੁਣ ਇਸ ਨੂੰ ਮਾਚਿਸ ਦੀ ਡੱਬੀ ਦੇ ਦੂਜੇ ਪਾਸੇ ਤੋਂ ਡਾਇਗਨਲੀ ਅੰਦਰ ਪਾਓ ਅਤੇ ਸਟ੍ਰਾਈਕ ਐਂਡ ਤੋਂ ਬਾਹਰ ਕੱਢੋ। ਧਾਗੇ ਦੇ ਅੰਤ ਨੂੰ ਆਪਸ ਵਿੱਚ ਬੰਨ ਦਵੋ ਅਤੇ ਬਚੇ ਹੋਏ ਧਾਗੇ ਨੂੰ ਕੱਟ ਦਵੋ। ਹੁਣ ਧਾਗੇ ਨੂੰ ਦੋਵੇਂ ਹੱਥਾਂ ਨਾਲ ਛੋਟੀ ਉਂਗਲੀ ਅਤੇ ਅੰਗੂਠੇ ਦੀ ਵਰਤੋਂ ਨਾਲ ਕੱਸ ਕੇ ਫੜੋ। ਮਾਚਿਸ ਦੀ ਡੱਬੀ ਉੱਤੇ ਖਰਗੋਸ਼ ਦੀ ਫੋਟੋ ਲਗਾ ਦਿਓ। ਧਾਗੇ ਨੂੰ ਕੱਸ ਕੇ ਖਿੱਚਣ ਨਾਲ ਇਹ ਰੇਲ ਦੀ ਪਟੜੀ ਵਾਂਗ ਲੱਗਦੇ ਹਨ। ਇੱਕ ਹੱਥ ਨਾਲ ਹਿਲਾਉਣ ਨਾਲ ਖਰਗੋਸ਼ ਪਟੜੀ ਉੱਤੇ ਚੱਲੇਗਾ।